ਮੈਂ ਦਵਾ ਦਾ ਕੀਤੇ ਬਿਰਾ ਅਲੀ ਅਬਾਸ ਬਲੋਈ ਸਾਹਿਬ ਨਾਲ ਮਾਲਕ ਤਮਾਮ ਜ਼ਾਕਰੀਨ ਦੇ ਸਫ਼ਰ ਬੇਖਤਰ ਫਰਮਾਵੇ, ਮਾਲਕ ਇਸ ਤੋਂ ਜ਼ਿਆਦਾ ਅਸਰ ਅਤਾ ਫਰਮਾਵੇ। ਜਿਵੇਂ ਆਕਾ ਬਾਦਸ਼ਾਹ ਦਾ ਫਰਮਾਨ ਉਸ ਬੰਦੇ ਦੇ ਰਿਜ਼ਕ 'ਚ ਕਦਾਂ ਕਮੀ ਨਾ ਸੀ ਜਿਹੜਾ ਸਾਰੀ ਜ਼ਾਤ 'ਤੇ ਖੁੱਲ੍ਹੇ ਚਿਹਰੇ ਨਾਲ ਦਰੂਦ ਪੜ੍ਹਦਾ, ਅੱਲਾਹੁਮਾ ਮੁਰੀਦ ਅਬਾਸ। ਮਾਲਕ ਅੱਲਾ ਚੌਦਾਂ ਦੀ ਅਜ਼ਮਤ ਦਾ ਵਾਸਤਾ ਬਾਨੀਆਨ ਸਾਹਿਬਾਨ ਦੇ ਇਸ ਇਲਾਕੇ ਦੇ ਖਾਨਦਾਨ ਦੇ ਸੁਨਿਸ਼ੀਆ ਦੇ ਜੁਮਲਾ ਮਰਹੂਮੀਨ ਦੇ ਦਰਜਾਤ ਬੁਲੰਦ ਫਰਮਾ, ਬਿਲਖਸੂਸ ਭਾਈ ਮੁਰੀਦ ਅਬਾਸ ਦੇ ਵਾਲਦੈਨ ਦੇ ਦਰਜਾਤ ਬੁਲੰਦ ਫਰਮਾ। ਇਕਬਾਲ ਵੀ ਸਲਵਾਤ ਤਿਲਾਵਤ ਕਰ ਰਹੇ, ਅੱਲਾਹੁਮਾ ਸੱਲੇ ਅਲਾ ਰਜੁਨੀਆ ਸੈਣੀ ਨਾਨਕੀ ਨਗਰੀ ਆਏ ਛੁੜੇ। ਕੋਈ ਲੰਬੀ ਪੜ੍ਹਾਈ ਨਹੀਂ, ਜ਼ਾਕਰੀਨ ਦੀ ਕਸਰਤ ਵੀ ਰੋਣ ਹੀ ਕਹਾਂ ਜਾ ਵਣੇ ਮਕਸਦ ਪੂਰੇ। ਬਿਸਮਿਲ੍ਲਾ ਕਰਾਂ ਬਾਬਾ, ਚਾਚਾ ਸੁਜਾਵਲ ਖਾਨ ਬਾਬਾ ਜੀ ਯਕੀਨਾਨੀ ਨੀਅਤ ਘਰੂ ਟੁਰਾਇਓ, ਉਹਨਾਂ ਕੋ ਪਰਚਾਓ ਜਿਨ੍ਹਾਂ ਦੇ ਦਰ 'ਤੇ 72 ਜਨਾਜ਼ਾ, ਜਿਨ੍ਹਾਂ ਦਫਨਾਵਣਾ ਸ਼ਾਮ ਟੁਰ ਗਏ। ਭਲਾ ਹੋਵੇ ਬਾਬਾ, ਬਿਸਮਿਲ੍ਲਾ ਕਰਾਂ ਰਾਜਰੁਨੀਆ ਸੈਣੀ ਨਾਨਕੀ ਨਗਰੀ ਛੁੜੇ। ਅੱਲਾ ਤੇਰਾ ਭਲਾ ਕਰੇ, ਧੀਆਂ ਭੈਣਾਂ ਦੇ ਪਰਦੇ ਆਉਣੀ, ਹਰ ਨਮਾਜ਼ ਦੇ ਬਾਅਦ ਦੁਆ ਮੰਗੀ ਕਰ, ਅੱਲਾ ਭਾਵੇਂ ਸਫ਼ੀ ਦਾ ਜ਼ਹੂਰ ਹੋਵੇ। ਚਾਚਾ ਸਾਈਂ ਜੰਦਰੇ ਖੁੱਲ ਪੋਵੇ, ਜਿਹੜੇ 1400 ਸਾਲ ਪਹਿਲੇ ਲੱਗਣ, ਉਹ ਭੈਣ ਭਰਾ ਦਾ ਪੱਲੂ ਬਣ ਗਿਨੇ ਜਿਹੜੀ ਅਕਬਰ ਅਕਬਰ ਕਰੇ ਦੀ ਮਰ ਗਈ। ਦਾ ਮੁਹਰਮ ਜ਼ਿਆਨ ਮਸਾਹਿਬ ਵਾਲੇ ਪਾਸੇ ਰਾਵੀ ਅੱਖ ਜਾਣੇ, ਉਹ ਮਾਵਾਂ ਧੀਆਂ ਜਾਣੇ ਜਿਹੜੀਆਂ ਰਤੋਕੀਆਂ ਪਰਦੇ 'ਚ ਮਹਿਮਾਨ ਹਨ। ਜਿਤਨੇ ਚਿੱਟੀ ਦਾੜੀ ਵਾਲੇ ਬਜ਼ੁਰਗ ਬੈਠੋ, ਇੰਤ ਵਾਰੀ ਗੁਰਬਾਤ ਦੀ 70 ਮੇਰੀ ਜ਼ਾਕਰੀਏ 'ਚ ਕੋਈ ਨਹੀਂ ਬਾਬਾ। ਤੱਸਾ ਹੁਸੈਨ ਜ਼ਖਮੀ ਹੁਸੈਨ, ਪੁੱਤਰਾਂ ਭਰਾਵਾਂ ਦੀਆਂ ਲਾਸ਼ਾਂ, ਚਾ ਚਾ ਕੇ ਥੱਕਾ ਹੁਸੈਨ। ਸੋਹਣਾ ਵਧਾ ਲੜਦਾ ਕਰਬਲਾ ਦੇ ਮੈਦਾਨ 'ਚ, ਜਬਰੀਲ ਦੀ ਆਵਾਜ਼ ਆਈ ਹੈ ਮਾਲਕਾ, ਜਿਹੜੇ ਰੰਗ 'ਚ ਉਸਤਾਦ ਦਾ ਬਚੜਾ ਪੀਆ ਲੜਦਾ, ਆਦਮ ਦੀ ਨਸਲ ਮੁੱਕ ਵੰਜਣੀ। ਮੈਂ ਮੋਹਰ ਵਾਲਾ ਵਹਿਣ ਤੇਰੀਆਂ ਝੋਲੀਆਂ ਤੱਕ ਪੁੱਛਾਵਾਂ। ਮਾਲਕ ਦੀ ਆਵਾਜ਼ ਆਈ ਹੈ ਦੇਰ ਨ ਕਰ ਟਿਬੇ ਕਰਬਲਾ ਤੇ ਲੱਗਾ ਵਾਈ, ਨਬੀਆਂ ਦੀ ਸਾਫੇ ਚੀਨਾ ਨਾ ਨਾ ਖੜੇ, ਉਕਵਾਂ ਕੇ ਮੇਰਾ ਪੈਗਾਮ ਦੇ। ਬਾਬਾ ਮੁਹੱਬਤ ਸਹੀਂ ਕਿਹੜਾ ਪੈਗਾਮ ਦੇ, ਕੁਆਨ ਕੇ ਆਖ ਅੱਲਾ ਪਿਆ ਦਈ ਅਜ਼ਾਨ ਦੇਵੇ, ਭਾਵੇਂ ਜੰਗ ਜਿਹੜੀ ਜੁੜੀ ਹੋਈ ਹੈ, ਮੇਰੇ ਸ਼ਬੀਰ ਕੋ ਸਜਦਾ ਬਹੁ ਪਿਆਰਾ ਹੈ। ਜੁੜਾ ਜੁੜਾ ਮੁਕਾਣ ਵਾਸਤੇ ਜੁੜਾ, ਨੌਕਰਾਂ ਬਾਬਾ ਨੌਕਰਾਂ ਬਾਬਾ ਜਿਹੜੇ ਜ਼ਵਾਰ ਬੈਠੋ, ਬਿਸਮਿਲ੍ਲਾ ਕਰਾਂ। ਹੁਕਮਾਨ ਕੇ ਆਖ ਅਜ਼ਾਨ ਦੇਵੇ, ਜੰਗ ਜਿਹੜੀ ਜੁੜੀ ਹੋਈ ਹੈ, ਮੇਰੇ ਸ਼ਬੀਰ ਕੋ ਸਜਦਾ ਬਹੁ ਪਿਆਰਾ ਹੈ। ਵਤਨ ਦੇ ਸਰਦਾਰੋਂ ਬਾਬਾ ਸਈਆਂ ਦਰਾਂ ਨਾ ਮਰ ਵੰਜਾ, 17 ਮਾਇਨ ਬਣਾ ਜਬਰੀਲ ਆ ਕੇ ਪੈਗਾਮ ਦਿੱਤਾ। ਨਬੀਆਂ ਦੇ ਸੁਲਤਾਨ ਅਜ਼ਾਨ ਸ਼ੁਰੂ ਕੀਤੀ, ਮੈਕੂ ਮਜਲਿਸ ਦੀ ਕਸਮ ਅਜ਼ਾਨ ਦਾ ਮਿਲਣਾ, ਜਿਵੇਂ ਤੱਸਾ ਤੇ ਜ਼ਖਮੀ ਲੜਦਾ ਵਧਾਈ ਪਾਸੇ ਨਾਲੋਂ ਕਾਲੇ ਬੁਰਕੇ ਵਾਲੀ ਬੀਬੀ ਦਾ ਵਹਿਣਾ ਹੈ। ਬੀਬੀ ਆਦੀ ਪਿਓ ਦੇ ਜਲਾਲ ਦਿਖੇ ਨੀ, ਮਾਂ ਦੇ ਖੀਰ ਦੀ ਤਸੀਰ ਦਿਖਾ, ਲਹਿਆ ਨਮਾਜ਼ ਦਵੇ ਲਈ ਬੀਬੀ ਆਦੀ ਜੰਗਾ ਛੋੜ ਵੋ ਬਚੜਾ, ਮਾਂ ਜੰਗਾ ਦੇਖਣ ਨੀ ਵੀ ਆਈ, ਮੈਂ ਸਜਦਾ ਦੇਖਣ ਆਈ ਆ। ਵਸਦਾਵੇਂ ਯਾਰ ਵਸਦਾਵੇਂ ਲਾਲਾ, ਚਾਚਾ ਸੁਜਾਵਲ ਨੌਕਰਾਂ ਜਵਾਰ ਸਾਹਿਬ ਨੌਕਰਾਂ। ਬੀਬੀ ਆਦੀ ਜੰਗਾਂ ਛੋੜ ਵੋ ਬਚੜਾ, ਜੰਗਾਂ ਦੇਖਣ ਨਾ ਆਈ, ਜੈ ਲੜਨਾ ਹਾ ਉਹ ਬਾਜ਼ੂ ਕਟਾ ਕੇ ਸਾਹਮਣੀ। ਬਾਬਾ ਸੇ ਦੁਆ ਫਰਮਾਏ ਤੇਰੇ ਮਿਜ਼ਾਜ ਦਾ ਮਾਤਾ ਮੋਹਰ ਲਵੈਣ, ਅੱਲਾ ਦਰਜਾਤ ਬੁਲੰਦ ਕਰੇ। ਚਾਚੇ ਹਾਫਿਜ਼ ਮੁਹੰਮਦ ਅਲੀ ਖਾਨ ਮਰਹੂਮ ਦੇ ਬਾਬਾ ਸਾਈਂ ਉਹ ਪੜਦੇ ਰਹਿੰਦੇ ਐਨ ਕਰਬਲਾ ਦੀ ਗਰਮ ਰੇਤ ਕੁਮਾ ਸੈਯਦਾ ਦੀ ਝੋਲੀ ਸਮੇਤ ਕੇ ਲੈ ਬੈਠਈ। ਮੈਂ ਕੋਈ ਵੇਲੇ ਦੀ ਕਸਮ ਮੁਕੱਦੇ ਮੀਨ ਪੜਦੇ ਰਹਿੰਦੇ ਐਨ ਲੱਥਾ ਬੈਠਾ, ਕੋਈ ਪੱਥਰ ਮਰੇਂਦਾ ਕੋਈ ਤੀਰ ਮਰੇਂਦਾ,
جے کوئی شے نہیں لبدی گرم رے چا کے غریب دے زخم تے سٹیندا ہے منبر دی قسم اے کہ کوے لوینا دے نہ مارو جڑے لڑن نے دھیاں نال نہیں گھنیں دے سیدا دے نہ مارو میں کو اکبر دی موت صدکے صدکے شرم نہ کرے زندگی دا نہیں پتہ نوکر بابا جوانی نصیب ہوے ویرن بسم اللہ بابا اکبر دی موت کھا گئی ہے یو وینے جت مہر بھین بھرا دی دوار صاحب بابا سنگ ایویں پڑھ دے رہاں نیاں ستارویں قدم تے پتہ لگا اس جو میری زین تو سوار لائے گئے انہاں قدماں تے واپس آئے قدماں تے مت مار کیا دے اکبر دا بابا میری غلطی نال لتھ ہے میں معافی منگن آیا سیدا دے ٹرواں وچ میری نماز دا ویلا تھے جڑے سید بیٹھے ہو گوڑی لئی آدھے چاڑا سیدا دے کننے نے آدھے تے کو حسن بھرا دو دھن جلا سیدا دے حسن بھرا گئے آدھے ماں دو دھن جلائی سیدا دے میری اما کربلا گئی ہے سیدا دے منت لا ایک وار گردن جھکا بڑے گردن جھکئی ہے اکبر دے بابے گل چ بھئی پاتی ہیں اونچا وین کر کے آدھے گھن جلی اکبر دی یا حسین او لاشی اتے او جیندی ہون ماسلان دی پئی صدقے غریب آدھے موچم وگھنا سامعین محترم ذکر آل محمد جان سر ملک پاکستان دی نامور شخصیت شہنشاہ مسحمد علیہ با جناب ذاکر علی عباس بلوچ نوتک خطیب اہل بیت شہنشاہ فضیل احمد صاحب مولانا سید سلیم رضا شاہ صاحب دین پور پاواز بلند سلوات بسم اللہ الرحمن الرحیم اللہم کن لے ولی کل حجت ابن الحسن علیہ السلام صلی اللہ علیہ وآلہ بہی فی حضہی ساتے و فی کل سات من ساوت لیل و نہار ولی و آفظ و قید و ناصرا و دلیل و آئین حتا تسکنہو ارزکا توان و تمتیہو فیہا طویلا میرا والک تو کریم ہے تو رحیم ہے رحم تے کرم فرما ظالم دور ہے ہر شریف دی عزت محفوظ فرما اس علاقے نو شیعہ سنی بھائیاں نال آباد اور شاد رکھ اے تک کسی مومن اردار کو موت نہ دے جب تک بہن تے بھرا دا زوار نہ منے ملک پاکستان دی حفاظت فرما مظلوم حسین دے ذکرے جے جتنا وی سر لائے میرا مالک قبول ہووے جڑی شام وچ وئی بیٹھی اے ساڈے تے راضی بنے میرا مالک ساری پہلی آخر دعا ہے سارے باہر میں امام زمانہ دا دل ضرور ہو قابل چا بنا کے سبار ہوئے نہیں